ਸਲਾਮ ਵਾਲੇਕਮ ਦੋਸਤੋ, ਵੀਰਾਂ ਲਈ ਜਨਾਬ ਪਹੁੰਚੇ ਗੈਂਬਰ ਮੰਡੀ ਤੇ ਮੇਰਾ ਭਰਾ ਜਿਹੜੇ ਜਾਨਵਰ ਲਿਆਇਆ ਨਾ, ਕਮਾਲ ਦੇ ਬ੍ਰਾਂਡ ਨੇ, ਬਾਕੀ ਲੈਣੇ ਦੇਣੇ ਨਸੀਬ ਨੇ। ਇਨਸ਼ਾਅੱਲਾ ਤਾਲਾ ਜਿਹੜੇ ਸ਼ੌਕੀਨ ਹਜ਼ਰਾਤ ਨੇ ਨਾ, ਉਹਨਾਂ ਨੂੰ ਵੇਖ ਕੇ ਮਜ਼ਾ ਆਏਗਾ ਕਿ ਅਜੇ ਜਿਹੜੇ ਨੇ ਨਾ ਨੂਰ ਸ਼ਾਹ ਦੇ ਇਲਾਕੇ ਦੇ ਜਾਨਵਰ ਨੇ। ਪਰ ਕਿਆ ਬਾਤਾਂ ਨੇ ਜੀ, ਬਾਕੀ ਸਦਾ ਬਾਦਸ਼ਾਹੀ ਉਹ ਸੋਹਣੇ ਰੱਬ ਦੀ ਤੇ ਉਹਦਾ ਹੀ ਨਾਂ ਹੈ ਜਿਹਨੇ ਅਜੇ ਅਨਮੋਲ ਹੀਰੇ ਬਣਾਏ ਨੇ ਤੇ ਜਿਹੜੀਆਂ ਖੂਬਸੂਰਤੀਆਂ ਨੇ, ਕਮਾਲ ਦੀਆਂ ਨੇ। ਮਾਸ਼ਾਅੱਲਾ ਕੈਮਰਾਮੈਨ ਸਭ ਉੱਥੇ ਖੜੇ ਹੋ ਕੇ ਇੱਕ ਵਾਰੀ ਚੈੱਕ ਕਰਾਓ ਸਾਰੀ ਤੇ ਜਿਹੜੀ ਗੱਲਬਾਤ ਇਹਨਾਂ ਭਾਈ ਨਾਲ ਹੋਵੇਗੀ ਤੇ ਬਕਾਇਆ ਬਿਲਕੁਲ ਤਾਜ਼ਾ ਸੂਈ ਹੈ ਤੇ ਦਿੱਤੀ ਵੀ ਮੇਰੇ ਲਾਲਾ ਕੱਟੀ ਆ ਨਾ, ਕੱਟੀ ਜਾਈ ਸੀ। ਅਸਲਾਮ ਵਾਲੇਕਮ। ਵਾਲੇਕਮ ਅਸਲਾਮ ਜੀ, ਕੀ ਹਾਲ ਨੇ ਲਾਲਾ ਸਾਹਿਬ, ਸੁਣਾਓ, ਸਿਹਤ ਤਬੀਅਤ ਠੀਕ ਹੈ? ਅੱਲਾ ਦਾ ਸ਼ੁਕਰ ਬਈ, ਖੈਰ ਹੈ। ਮਾਸ਼ਾਅੱਲਾ, ਬੜਾ ਸ਼ੌਕ ਕਰਾਇਆ ਜੇ ਤੇ ਦੱਸੋ ਇਹ ਕਿੰਨਵਾਂ ਸੂਆ ਸੂਈ ਹੈ? ਇਹ ਦੂਸਰਾ ਸੂਆ। ਦੂਸਰਾ ਸੂਆ? ਹਾਂਜੀ। ਤੇ ਕਿੰਨੇ ਕੁ ਦਿਨ ਹੋ ਗਏ ਨੇ ਸੂਈ ਨੂੰ? ਰਾਤ ਸੂਈ, ਰਾਤੀ ਸੂਈ, ਬੋਲਾ ਛੋਲਾ ਕੱਢ ਲਿਆ? ਬੋਲਾ ਦੋ ਵਾਰੀ ਕੱਢ ਲਿਆ। ਬਕਾਇਆ ਜੀ, ਮਾਸ਼ਾਅੱਲਾ, ਅੱਲਾ ਪਾਕ ਨੇ ਜਿਹੜੇ ਇਹਨੂੰ ਬਸਤ ਲਾਏ ਨੇ, ਕਮਾਲ ਦੇ ਨੇ ਤੇ ਲਾਲੇ ਨਾਲ ਹੀ ਹੋਣੇ ਦੀ ਗੱਲਬਾਤ ਹੋਵੇਗੀ ਵੀ ਕੀ ਇਹਦਾ ਲੇਖਾ ਸ਼ੇਖਾ ਕਰਦੇ ਨੇ ਤੇ ਕੀ ਗੱਲਬਾਤ ਹੈ। ਲਾਲਾ ਜੀ, ਨਾਂ ਕੀ ਤੁਹਾਡਾ? ਮੁਹੰਮਦ ਖਾਲਦ। ਮੁਹੰਮਦ ਖਾਲਦ, ਅੱਛਾ, ਇਹ ਦੂਸਰਾ ਸੂਆ ਸੂਈ ਹੈ ਤੇ ਮਾਸ਼ਾਅੱਲਾ ਸੋਹਣੀਆਂ ਵੰਡਾ ਛੰਡਾ ਨੇ ਤੇ ਇਹ ਵੀ ਜਾਂਗਦੀਆਂ ਨੇ ਘਰ ਦੀ ਮੱਝ। ਹਾਂਜੀ ਰਾਜ ਸਾਹਿਬ। ਹਾਂਜੀ, ਤੇ ਅਸੀਂ ਇਲਾਕੇ ਫਿਰ ਕੇ ਮਾਲ ਦੀ ਨਾ ਜੂਹ ਚੋਂ। ਹਾਂਜੀ, ਤੇ ਬਹੁਤ ਚੰਗਾ ਛੇੜ ਉਹਨਾਂ ਦਾ ਮੱਝਾਂ ਦਾ ਛੇੜ ਤੇ ਬਕਾਇਆ ਚੁਆਈ ਚੁਈ ਚੰਗੀ ਹੈ, ਇੱਕ ਨੰਬਰ ਮਾਸ਼ਾਅੱਲਾ, ਇੱਕ ਨੰਬਰ, ਥੱਲੇ ਕੱਟੀ ਕੱਟੀ, ਸਿਰ ਚੂੜੀ ਆਦਾ। ਹਾਂਜੀ, ਮੈਂ ਤੇ ਪਛਾਂ ਹੱਡੀਆਂ ਮੈਂ ਦੇ ਵੇਖ ਵੀਰ। ਹਾਂਜੀ ਮਾਸ਼ਾਅੱਲਾ ਜੀ, ਕੱਟੀ ਵੀ ਵੇਖ ਲਈ ਤੁਸੀਂ ਤੇ ਲਾਲਾ ਦੱਸੋ ਹੁਣ ਵੀ ਕੀ ਹੱਡੀਆਂ ਦੇ ਮਤਲਬ? ਹੱਡੀਆਂ ਮੈਂ ਕੱਚ ਵਰਗੀਆਂ ਬਈ, ਆ ਹੱਡੀ ਨਿਕਲੀ ਉਸਦੀ। ਹਾਂਜੀ, ਪੁੱਠੇ ਮੈਂ ਦੇ ਵੇਖ, ਚੱਡਾ ਵੇਖ, ਪੂਛਲ ਬਰੀਕ। ਹਾਂਜੀ, ਸਿਰ ਖੋਰ ਮੈਂ ਦੇ ਇਸੇ ਕਰਮਾਂ ਦੇ ਸੋਹਣਾ, ਥੱਲੇ ਜੜਾ ਨਾ ਥਾਣ ਵੀ ਲੱਗਿਆ, ਦੁਨੀ ਕੋੜੀ ਕੋਈ ਨਹੀਂ। ਲਾਲਾ ਪੈਰ ਚੋਂ ਕੱਢ ਦੇਵੇਂ ਨਾ ਇੱਕ ਵਾਰੀ, ਮਾੜਾ ਟੁਰਨ ਦੇ ਸੋ ਬਾਹਰ ਐਵੇਂ ਹੀ ਥੋੜੀ। ਮਾਸ਼ਾਅੱਲਾ, ਬਾਕੀ ਜੀ ਬੌਲੇ ਦੀ ਜਿਹੜੀ ਨਾ ਚਵਾਈ ਕੀਤੀ ਖਲੋਤੀ ਐਸ ਟਾਈਮ ਇਹ ਨਾ ਲਾਲਾ, ਦੋ ਚੋਈਆਂ ਖਾ ਲਿਆ ਵੀ। ਤਾਂ ਜੀ ਦੋ ਚਵਾਈਆਂ ਇਸ ਟਾਈਮ ਕਰ ਲਈਆਂ ਨੇ ਤੇ ਬਕਾਇਆ ਜਿਹੜੀ ਖੂਬਸੂਰਤੀ ਕਮਾਲ ਦੀ ਹੈ ਜੀ। ਅੱਛਾ, ਇਹ ਚਵਾਈ ਇਸ ਟਾਈਮ ਬੋਲਾ ਕਿੰਨਾ ਕੁ ਹੋਣਾ ਇਸ ਟਾਈਮ ਇਹਦੇ ਕੋਲੇ? ਕੋਈ ਹੋਣਾ 12 ਕਿਲੋ। ਅੱਛਾ, ਤੇ ਕੀ ਹੋਣਾ ਪੈਂਦਾ ਲੇਖਾ ਲੁਖਾ ਲੈਣਾ? ਲੇਖਾ ਫੈਨਲ ਪੈ ਦੇਣਾ 13 ਲੱਖ ਰੁਪਈਆ। 13 ਲੱਖ ਰੁਪਈਆ? ਹਾਂਜੀ। ਮੌਸਮ ਵੀ ਅੱਜ ਜਿਹੜਾ ਨਾ ਇਸ ਤਰ੍ਹਾਂ ਦਾ ਹੋਇਆ। ਮੌਸਮ ਵੀ ਕੋਈ ਵੀ ਚੰਗੀ ਮੈਂ ਰੇਟ 12 ਮਹੀਨੇ ਕੀ ਹੁੰਦਾ, ਚੰਗੀ ਮੈਂ ਨਸੀਬਾਂ ਨਾਲ ਮਿਲਦੀ ਹੈ। ਪਰ ਉਹਨੂੰ ਮੋੜੋ ਰਹੇ ਨੂੰ ਬੰਨੋ ਸੋ ਆਪਣਾ ਲਾਲਾ ਖਾ ਲਦੇ ਤਾਂ 13 ਲੱਖ ਰੁਪਇਆ ਫਾਈਨਲ ਹੈ ਕਿ ਕੋਈ ਪਿਆਰ ਮੁਹੱਬਤ ਹੋਏਗੀ? ਨਹੀਂ, ਕੋਈ ਪਿਆਰ ਕਰ ਲਾਂਗੇ। ਲਓ ਜੀ, ਅੱਜ ਦਾ ਜਾਨਵਰ ਵੇਖਣਾ, ਅਗਰ ਕਿਸੇ ਭਰਾ ਦੇ ਪਸੰਦ ਆਵੇ ਤੇ ਭਾਈ ਖਾਲਦ ਨੇ ਜਿਹੜੀ ਡਿਮਾਂਡ ਕੀਤੀ ਇਹਨਾਂ ਦੀ 13 ਲੱਖ ਰੁਪਇਆ। ਪਰ ਥਣਾ ਦੀ ਵੰਡ ਬਹੁਤ ਪਿਆਰੀ ਮਾਸ਼ਾਅੱਲਾ, ਚਾਰਾਂ ਪਾਸੋਂ ਜਿਹੜੀ ਚਵਾਈ ਸੋਹਣੀ, ਸਾਊ ਅਸੀਰ। ਤੇ ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬਲੀ ਨੂੰ ਇਜਾਜ਼ਤ ਦਿਓ ਜੀ, ਅੱਲਾ ਹਾਫਜ਼।